ਜਾਤ ਚਮਾਰ ਉਹਦਾ ਨਾਂ ਸੀ ਭਾਈ ਮਦਨ ਸਿੰਘ ਤੇ ਬਰਾਦਰੀ ਭਗਤ ਰਵਿਦਾਸ ਜੀ ਵਾਲੀ ਸੀ ਚਮਿਆਰ ਬਰਾਦਰੀ ਵਿੱਚੋਂ ਸੀਗਾ ਤੇ ਰਵਿਦਾਸੀਆ ਸਿੰਘ ਸੀ ਤੇ ਕਰਗੀਧਰ ਪਾਤਸ਼ਾਹ ਦੇ ਘੋੜੇ ਦੀ ਸੇਵਾ ਕਰਦਾ ਸੀ ਦਿਨ ਰਾਤ ਉਹ ਸਿੰਘ ਨੂੰ ਮਹਾਰਾਜ ਦੀ ਕਿਰਪਾ ਸੀ ਕੋਈ ਸਿੰਘ ਵੀ ਬੈਠੇ ਸਨ ਦੀਵਾਰ ਦੇ ਵਿੱਚ ਉਹ ਪਸਤਾਨਾ ਜਿਹਾ ਨਾ ਪਸਤਾਨਾ ਜਿਹਾ ਬਣ ਕੇ ਰਹਿੰਦਾ ਸੀ ਹਰ ਵੇਲੇ ਵਿਚਾਰੇ ਨੇ ਘੋੜੇ ਦੀ ਸੇਵਾ ਕਰਨੀ ਤੇ ਪਸਤਾਨੇ ਜੇ ਕੱਪੜੇ ਪਾ ਛੱਡਣੇ ਬੇਟੇ ਘੱਟੇ ਵਿੱਚ ਰੁੜਿਆ ਰਹਿੰਦਾ ਸੀਗਾ ਪਸਤਾਨੇ ਬਸਤਰ ਸੀਗੇ ਤੇ ਪਸਤਾਨਿਆਂ ਨੂੰ ਸਾਧ ਸੰਗਤ ਦੀ ਕੋਈ ਕੋਈ ਸਮਝਦਾ ਆਪੋ ਸ੍ਰੀ ਬਾਰੇ ਭਾਈ ਸਾਹਿਬ ਮਦਨ ਸਿੰਘ ਦਰਜ ਕੇ ਬੋਲਿਆ ਕਰੇਗਾ ਜੋ ਭਰੇਗਾ ਗੁਰਦਾ ਕੀ ਕਰੇਗਾ ਸੇਵਕ ਦੇ ਕਾਜ ਸਰੇਗਾ ਦੋਖੀ ਦੁਸ਼ਮਣ ਮਰੇਗਾ ਇਹ ਚਾਰ ਭਗਤੀਆਂ ਭਾਈ ਮਦਨ ਸਿੰਘ ਮਹਾਰਾਜ ਦੇ ਗੁਰਸ ਦੀ ਸੇਵਾ ਕਰਨ ਵਾਲੇ ਸਿੰਘ ਦੇ ਜਵਾਨ ਤੋਂ ਆਪੇ ਹੀ ਨਿਕਲ ਗਈਆਂ ਉਹਨੇ ਜਾਣ ਕੇ ਨੀ ਗਈਆਂ ਉਹਨੂੰ ਦਿਖਿਆ ਉਹਨੂੰ ਦਿਖਿਆ ਅਨੁਭਵ ਦੇ ਰਸਾਲ ਦੇ ਨਾਲ ਹੀ ਦਸਣਾ ਤੋਂ ਤੀਰ ਨਿਕਲ ਗਿਆ ਸਿੰਘਾਂ ਨੇ ਗੁੱਸਾ ਕੀਤਾ ਵੀ ਮਹਾਰਾਜ ਬੈਠੇ ਨੇ ਖਾਲਸਾ ਬੈਠਾ ਸਾਰੇ ਤਿਆਰੀਆਂ ਦੀ ਗੱਲਾਂ ਹੋ ਰਹੀਆਂ ਨੇ ਇਹ ਵੀ ਬੋਲ ਪਿਆ ਹੋਵੇ ਕਿਉਂਕਿ ਉਹਦੀ ਗੱਲ ਨੂੰ ਉਹਦੇ ਬਚਨ ਨੂੰ ਕਲਗੀਆਂ ਵਾਲਾ ਸਮਝ ਸਕਦਾ ਸੀ ਬਾਕੀ ਸਿੰਘਾਂ ਨੂੰ ਸਮਝ ਨਹੀਂ ਆਈ ਵੀ ਮਸਲਾਨਾ ਕੀ ਬੋਲਦਾ